मैं एहो जे कुत्ते सरकार दे खरीदे हुए कुत्तियां तो मैं बिल्कुल नहीं डरता। जिदा चीज करता मैनू जिते मर्जी शरे बाजार टक्कर ले, मैं रोज मौत नहीं सेड़नी। मैं डरदा ਤਾਂ ਮੇਰੇ ਆ ਜਿਹੜੇ ਲੋਕ ਬੈਠੇ ਨੇ ਇਹਨਾਂ ਤੋਂ ਡਰਦਾ, ਮੈਂ ਕਿਸੇ ਤੇ ਨਹੀਂ ਡਰਦਾ ਜਾਂ ਅਕਾਲ ਪੁਰਖ ਤੋਂ ਡਰਦਾ। ਪਰ ਜਿਹੜਾ ਬੇਈਮਾਨ ਆ ਉਹਦੀ ਬਿਲਕੁਲ ਨਾ ਸੁਣ। ਜਿਹੜਾ ਇਹੋ ਜਿਹਾ ਘਟੀਆ ਕਰਮ ਕਰਦਾ ਜਿਹਨੇ ਜਿਹੜਾ ਕੱਲ੍ਹ ਹੋਇਆ, ਦੀਪ ਸਿੱਧੂ ਵਰਗੇ, ਸਰਵਣ ਸਿੰਘ ਭੰਦੇਰ ਵਰਗੇ, ਜਿਹਨਾਂ ਦੀ ਅਸੀਂ ਮਿੰਨਤਾਂ ਕਰਕੇ ਤੱਕ ਇਹ ਕੰਮ ਨਾ ਕਰੋ, ਅਸੀਂ ਹਾੜੇ ਕੱਢੇ, ਭਾਈਚਾਰੇ ਨੂੰ ਬਰਬਾਦ ਨਾ ਕਰੋ, ਇਹੋ ਜਿਹੇ ਲੋਕਾਂ ਨੂੰ ਬਿਲਕੁਲ ਮੂੰਹ ਨਾ ਲਾਓ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬੀ ਅਦਾਕਾਰ ਦੀਪ ਸਿੱਧੂ ਅਤੇ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸਤਨਾਮ ਸਿੰਘ ਪੰਨੂ ਅਤੇ ਸਰਵਣ ਸਿੰਘ ਭੰਦੇਰ ਨੂੰ ਪੰਜਾਬ ਦਾ ਸਭ ਤੋਂ ਵੱਡਾ ਗੱਦਾਰ ਕਰਾਰ ਦਿੰਦਿਆਂ ਇਹਨਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਰਾਜੇਵਾਲ ਨੇ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਤੋਂ ਇੱਕ ਦਿਨ ਬਾਅਦ ਕਿਸਾਨਾਂ ਦੇ ਅੰਦੋਲਨ ਵਿੱਚੋਂ ਗੰਦਗੀ ਕੱਢਣ ਦਾ ਇਹ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਇਹਨਾਂ ਤਿੰਨਾਂ ਦਾ ਬਾਈਕਾਟ ਕੀਤਾ ਜਾਵੇ। ਇਸ ਦੇ ਨਾਲ ਹੀ ਕਿਸਾਨ ਨੇਤਾ ਨੇ ਲਾਲ ਕਿਲ੍ਹੇ 'ਤੇ ਕੁਝ ਗਰੁੱਪਾਂ ਨੂੰ ਧੋਖਾ ਲਾਂਘਾ ਦੇਣ ਦੇ ਮਾਮਲੇ 'ਤੇ ਵੀ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਇਸ ਵਿੱਚ ਦਿੱਲੀ ਪੁਲਿਸ ਦੀ ਭੂਮਿਕਾ ਵੀ ਸ਼ੱਕੀ ਹੈ। ਮੈਂ ਇਹੋ ਜਿਹੇ ਕੁੱਤੇ ਸਰਕਾਰ ਦੇ ਖਰੀਦੇ ਹੋਏ ਕੁੱਤਿਆਂ ਤੋਂ ਮੈਂ ਬਿਲਕੁਲ ਨਹੀਂ ਡਰਦਾ। ਜਿਹਦਾ ਜੀ ਕਰਦਾ ਮੈਨੂੰ ਜਿੱਥੇ ਮਰਜ਼ੀ ਸ਼ਰੇ ਬਾਜ਼ਾਰ ਟੱਕਰ ਲੈ, ਮੈਂ ਰੋਜ਼ ਮੌਤ ਨਹੀਂ ਸੇੜਨੀ। ਮੈਂ ਡਰਦਾ ਤਾਂ ਮੇਰੇ ਆ ਜਿਹੜੇ ਲੋਕ ਬੈਠੇ ਨੇ ਇਹਨਾਂ ਤੋਂ ਡਰਦਾ, ਮੈਂ ਕਿਸੇ 'ਤੇ ਨਹੀਂ ਡਰਦਾ ਜਾਂ ਅਕਾਲ ਪੁਰਖ ਤੋਂ ਡਰਦਾ। ਪ੍ਰਭੂ ਆ ਜਿਹੜੇ ਲੋਕ ਜਿਨ੍ਹਾਂ ਨੇ ਸਾਰੀ ਸਾਰੀ ਜ਼ਿੰਦਗੀ ਲਾ ਦਿੱਤੀ, ਚਲੋ ਅਲੱਗ ਅਲੱਗ ਜਥੇਬੰਦੀਆਂ ਨਾਲ ਹੀ ਸਹੀ, ਕਿਸੇ ਨੇ ਆਪਣੀ ਜ਼ਿੰਦਗੀ ਦੇ 40 ਸਾਲ ਲਾ ਦਿੱਤੇ, ਕਿਸੇ ਨੇ 30 ਸਾਲ ਲਾ ਦਿੱਤੇ। ਮੈਨੂੰ ਦੱਸਿਓ, ਜਿਹੜਾ ਬੰਦਾ 30 ਸਾਲ ਇੱਥੇ ਲਾਉਂਦਾ, ਜੇ 30 ਸਾਲ ਆਪਣੇ ਘਰ ਦੇ ਆਪਣੇ ਬੱਚਿਆਂ ਲਈ ਲਾਉਂਦਾ ਹੁੰਦਾ ਤਾਂ ਕਿੱਥੇ ਲੈ ਜਾਂਦਾ ਆਪਣੇ ਪਰਿਵਾਰ ਨੂੰ? ਅੱਜ ਉਹਨਾਂ ਨੂੰ ਇਹ ਕਹੋ ਵੀ ਇਹ ਬੇਈਮਾਨਾਂ ਨੇ, ਜਿਹਨਾਂ ਲੋਕਾਂ ਨੇ ਸਭ ਕੁਝ ਤੁਹਾਡੇ ਲਈ, ਕੋਈ ਖਾਮੀਆਂ ਬੰਦਿਆਂ 'ਚ ਹੁੰਦੀਆਂ ਨੇ, ਕੋਈ ਕੋਈ ਸਵਾ ਕਲਾ ਸੰਪੂਰਨ ਹਰ ਕੋਈ ਨਹੀਂ ਹੁੰਦਾ, 16 ਕਲਾ ਸੰਪੂਰਨ ਹੁੰਦਾ ਹਰ ਕੋਈ। ਨੁਕਸ ਹਰ ਬੰਦੇ 'ਚ ਹੁੰਦੇ ਨੇ, ਆਉਂਦੇ ਰਹਿੰਦੇ ਨੇ ਜ਼ਿੰਦਗੀ 'ਚ, ਦੂਰ ਹੁੰਦੇ ਰਹਿੰਦੇ ਨੇ, ਅਕਾਲ ਪੁਰਖ ਸਫਾਈ ਕਰਦਾ ਰਹਿੰਦਾ। ਪਰ ਉਹਨਾਂ ਨੇ ਤੁਹਾਡੀ ਸੇਵਾ ਲਈ ਸਮਾਂ ਤਾਂ ਲਾਇਆ ਨਾ ਇੱਥੇ। ਮੈਂ ਜੋ ਸਹੀ ਗੱਲ ਆ ਉਹ ਕਰਾਂਗਾ। ਅਜਮੇਰ ਸਿੰਘ ਲੱਖੋਵਾਲ ਨੇ 100 ਗਲਤੀਆਂ ਕੀਤੀਆਂ, ਪਰ ਉਹਨੇ ਜ਼ਿੰਦਗੀ ਦਾ ਵੱਡਾ ਹਿੱਸਾ ਇੱਧਰ ਵੀ ਲਾਇਆ ਮੇਰੇ ਨਾਲ। ਜਦ ਤਾਂ ਯੂਨੀਅਨ ਹੈ ਹੀ ਨਹੀਂ ਸੀ ਜਦੋਂ ਮੈਂ ਅਤੇ ਅਜਮੇਰ ਸਿੰਘ ਲੱਖੋਵਾਲ ਤੁਰੇ ਸੀ, ਅਸੀਂ ਮੋਢੀਆਂ 'ਚੋਂ ਹਾਂ। ਉਹਦੇ ਕੋਲ ਇੱਕ ਮੋਟਰਸਾਈਕਲ ਸੀ, ਮੇਰੇ ਕੋਲ ਵੈਸਪਾ ਸਕੂਟਰ ਸੀ, ਅਸੀਂ ਦੋਵੇਂ ਇਕੱਠੇ ਹੁੰਦੇ ਸੀ। ਅਸੀਂ ਘਰ ਘਰ ਜਾ ਕੇ ਯੂਨਿਟ ਖੜੇ ਕੀਤੇ, ਜਥੇਬੰਦੀ ਖੜੀ ਕੀਤੀ ਹੈ, ਠੀਕ ਹੈ, ਅਖੀਰ ਜਾ ਕੇ ਉਹਨੇ ਗਲਤੀ ਕਰ ਲਈ, ਪਰ ਉਹਦੀ ਘਾਲਣਾ ਤਾਂ ਹੈ ਨਾ ਤੁਹਾਨੂੰ ਜਗਾਉਣ ਲਈ ਇੱਥੇ ਉਹਨੂੰ ਹੋਏ ਹੋਏ ਕਰਤੀ। ਨਹੀਂ ਚੰਗਾ ਲੱਗਦਾ ਸੁਣ ਲਓ, ਨਾ ਅਮਲ ਕਰੋ, ਇਹ ਕੰਨ ਸੁਣੋ, ਇੱਧਰ ਕੱਢ ਦਿਓ। ਇੰਨਾ ਤਾਂ ਗੁਰੂ ਸਾਹਿਬ ਨੇ 2 ਕੰਨ ਦਿੱਤੇ ਹੈ, ਜੇ ਬੰਦਾ ਕੋਈ ਗਲਤੀ ਕਰਦਾ ਉਹ 1 ਕੰਨ ਇੱਥੇ ਸੁਣ ਕੇ ਦੂਜੇ 'ਤੇ ਕੱਢ ਦਿਓ। ਪਰ ਜਿਹੜਾ ਬੇਈਮਾਨ ਉਹਦੀ ਬਿਲਕੁਲ ਨਾ ਸੁਣ। ਜਿਹੜਾ ਇਹੋ ਜਿਹਾ ਘਟੀਆ ਕਰਮ ਕਰਦਾ ਜਿਹਨੇ ਜਿਹੜਾ ਕੱਲ੍ਹ ਹੋਇਆ, ਦੀਪ ਸਿੱਧੂ ਵਰਗੇ, ਸਰਵਣ ਸਿੰਘ ਭੰਦੇਰ ਵਰਗੇ, ਜਿਹਨਾਂ ਦੀ ਅਸੀਂ ਮਿੰਨਤਾਂ ਕਰਕੇ ਤੱਕ ਇਹ ਕੰਮ ਨਾ ਕਰੋ, ਅਸੀਂ ਹਾੜੇ ਕੱਢੇ, ਭਾਈਚਾਰੇ ਨੂੰ ਬਰਬਾਦ ਨਾ ਕਰੋ, ਇਹੋ ਜਿਹੇ ਲੋਕਾਂ ਨੂੰ ਬਿਲਕੁਲ ਮੂੰਹ ਨਾ ਲਾਓ। ਮੇਰੀ ਤੁਹਾਨੂੰ ਅਪੀਲ ਹੈ, ਪਿੱਛੇ ਵੀ ਸਾਰੇ ਪੰਜਾਬ ਵਿੱਚ ਦੱਸ ਦਿਓ ਵੀ ਦੇਸ਼ ਦੇ, ਪੰਜਾਬ ਦੇ ਲੋਕਾਂ ਦੇ ਸਭ ਤੋਂ ਵੱਡੇ ਗੱਦਾਰ ਆ ਪੰਨੂ ਔਰ ਭੰਦੇਰ ਨੇ, ਦੀਪ ਸਿੱਧੂ ਹੈ ਜਿਹੜੇ ਸਮਾਜ ਵਿਰੋਧੀ ਅੰਸਰ ਹੈ, ਸਾਰੇ ਤੁਸੀਂ ਜਾਣਦੇ ਹੋ। ਜੇ ਇਹੋ ਜਿਹੇ ਲੋਕਾਂ ਨੂੰ ਸਿਰ ਚੜਾਈ ਜਾਓਗੇ ਤਾਂ ਤੁਹਾਨੂੰ ਗੁੰਮਰਾਹ ਕਰਨਗੇ ਹੀ ਨਾ, ਔਰ ਤੁਹਾਡੀ ਦੁਰਵਰਤੋਂ ਕਰਕੇ ਆਪਣਾ ਵਪਾਰ ਚਲਾਉਂਦੇ ਰਹਿਣਗੇ ਨਾ। ਤੋ ਇਸ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਭਰਾਵੋ ਬੇਨਤੀ ਹੈ, ਜਿਹੜੇ ਇਸ ਵੇਲੇ ਨਿਰਾਸ਼ਤਾ ਬਸ ਪਿੱਛੇ ਮੁੜਨਾ ਚਾਹੁੰਦੇ ਨੇ, ਸਿੰਘ ਕਦੇ ਪਿੱਛੇ ਨਹੀਂ ਮੁੜਦੇ ਹੁੰਦੇ। ਸੰਘਰਸ਼ ਲਈ ਇੱਕ ਨਿਸ਼ਾਨਾ ਮਿਥ ਕੇ ਆਏ ਹੋਏ ਹਾਂ, ਸਰਕਾਰ ਨਾਲ ਲੜਾਈ ਜਾਰੀ ਹੈ। ਆਉਂਦੇ ਨੇ, ਪੈਸੇ ਇਕੱਠੇ ਕਰੀ ਜਾਂਦੇ ਨੇ, ਆਪਣਾ ਘਰ ਸੰਭਾਲ ਲਓ, ਆਪਾਂ ਇਕੱਠੇ ਹੋ ਕੇ ਲੜੀਏ, ਸਫਲਤਾ ਹਾਸਲ ਕਰੀਏ, ਜਿੱਤਾਂਗੇ, ਕੋਈ ਤਾਕਤ ਹਰਾ ਨਹੀਂ ਸਕਦੀ।